ਦਲਿਤ ਦੇ ਅਤਿਆਚਾਰ ਬੰਦ ਕਰੋ, ਦਲਿਤ ਮੋਰਚਾਵਾਦ, ਮੋਦੀ ਸਰਕਾਰ ਮੋਰਚਾਵਾਦ, ਬੀਜੇਪੀ ਸਰਕਾਰ ਮੋਰਚਾਵਾਦ, ਮੋਦੀ ਸਰਕਾਰ ਮੋਰਚਾਵਾਦ, ਬੀਜੇਪੀ ਸਰਕਾਰ ਮਨੀਪੁਰ ਦੇ ਵਿੱਚ ਜਿਹੜੀ ਸਾਡੀ ਧੀਆਂ ਭੈਣਾਂ ਨਾਲ ਹੋ ਰਿਹਾ ਅਤਿਆਚਾਰ ਹੋ ਰਿਹਾ ਆ, ਜਿੱਦਾਂ ਕਹਿੰਦੇ ਆ ਅਨੂ ਜੀ ਨੇ ਕਿਹਾ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਰਾ ਦੇਣ ਵਾਲੇ ਮੁਖੱਟੇ ਜਿਹੜੇ ਇਹਨਾਂ ਨੇ ਪਾਏ ਆ, ਇਹ ਸਾਰਾ ਹੀ ਇਹਨਾਂ ਦੇ ਨੰਗਾ ਹੋ ਗਿਆ। ਜੋ ਵੀ ਆ ਬੀਜੇਪੀ ਦੀ ਸਰਕਾਰ ਨੂੰ ਅਸੀਂ ਬਰਖਾਸਤ ਕਰਨਾ ਚਾਹੁੰਦੇ ਹਾਂ, ਔਰ ਅਸੀਂ ਆਪਣੇ ਭਾਈਚਾਰੇ ਵਾਲਿਆਂ ਨੂੰ ਵੀ ਇਹੀ ਗੱਲ ਕਹਿੰਦੇ ਜਾਂਦੇ ਹਾਂ, ਪੰਜਾਬ ਹੋਵੇ ਚਾਹੇ ਦੇਸ਼ ਦੇ ਵਿੱਚ ਕੋਈ ਵੀ ਰਾਜ ਹੋਵੇ, ਸਾਡੇ ਭਾਈਚਾਰਾ ਬੀਜੇਪੀ ਨੂੰ ਬਿਲਕੁਲ ਵੋਟ ਨਾ ਪਾਉਣ ਇਹਨਾਂ ਨੂੰ। ਬੀਜੇਪੀ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿਹੜੇ ਮਨੀਪੁਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਆ ਉਹ ਆਪਣਾ ਨੈਤਿਕ ਆਧਾਰ 'ਤੇ ਅਸਤੀਫਾ ਦੇਣ, ਉਹ ਰਾਸ਼ਟਰਪਤੀ ਉੱਤੇ ਸ਼ਾਸਨ ਲੱਗੇ, ਔਰ ਬੀਜੇਪੀ ਸਰਕਾਰ ਮੁਰਦਾਬਾਦ, ਅਸੀਂ ਮੁਰਦਾਬਾਦ ਕਰਨਾ ਹੈ, ਉਹ ਪੁਤਲਾ ਵੀ ਮੋਦੀ ਸਾਹਿਬ ਦਾ ਫੂਕਿਆ, ਇਸੇ ਕਰਕੇ ਫੂਕਿਆ ਵੀ ਬੀਜੇਪੀ ਸਰਕਾਰ ਨੇ ਜਿਹੜੀ ਅੱਤਿਆਚਾਰ ਕੀਤਾ ਆ ਉਹ ਬੜਾ ਨਿੰਦਕ ਹੋ। ਪ੍ਰਦਰਸ਼ਨ ਬੀਜੇਪੀ ਦੇ ਖਿਲਾਫ ਮਨੀਪੁਰ ਦੇ ਵਿੱਚ ਜਿਹੜਾ ਨੰਗਾ ਨਾਚ ਬੀਜੇਪੀ ਦੀ ਸਰਕਾਰ ਨੇ ਕਰਵਾਇਆ, ਜੋ ਕਿ ਸਾਡੀ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਗਿਆ ਕਿ ਉਸਕੋ ਬੰਦਾ ਕਿਉਂ ਆ ਕੇ ਜਿਸਨੇ ਜੰਮੇ ਰਾਜਨ, ਔਰ ਇਸ ਦੇ ਬੀਜੇਪੀ ਸਰਕਾਰ ਨੇ ਜਿਹੜਾ ਮਨੀਪੁਰ ਦੇ ਵਿੱਚ ਨਾਰੀ ਸ਼ਕਤੀ ਦੇ ਨਾਲ ਜਿਹੜਾ ਦੁਰਵਿਚਾਰ ਵਿਹਾਰ ਕੀਤਾ ਔਰ ਉਸਨੂੰ ਨਗਰ ਕਮਾਇਆ ਗਿਆ, ਔਰ ਜਿਹੜਾ ਇਹ ਜਿਹੜੀ ਸ਼ਹਿ ਜਿਹੜੀ ਪੂਰੀ ਬੀਜੇਪੀ ਦੀ ਸਰਕਾਰ ਦੇ ਨਾਲ ਹੋਈ ਆ। ਮੈਂ ਯੁਵਾ ਵਿਕਾਸ ਮੋਰਚਾ ਪੰਜਾਬ ਔਰ ਮੇਰੇ ਨਾਲ ਜਿਹੜੀ ਟੀਮ ਸਾਡੀ ਅਸ਼ਵਨੀ ਸੋਤਾ ਜੀ ਔਰ ਆਲ ਇੰਡੀਆ ਆਲ ਧਰਮ ਮਿਸ਼ਨ ਰਜਿਸਟਰਡ ਪੰਜਾਬ ਭਾਰਤ ਵੱਲੋਂ ਇਹ ਜਿਹੜਾ ਅਸੀਂ ਅੱਜ ਪੁਤਲਾ ਜਿਹੜਾ ਬੀਜੇਪੀ ਸਰਕਾਰ ਦਾ ਫਗਵਾੜੇ 'ਤੇ ਸਾੜਿਆ, ਔਰ ਜਿਸ ਦੇ ਵਿੱਚ ਅਸੀਂ ਘੋਰ ਨਿੰਦਾ ਕਰਦੇ ਹਾਂ ਕਿ ਹੁਣ ਤੱਕ ਜਿਹੜੀ ਇਹ ਸਰਕਾਰ ਸੀਗੀ ਬੀਜੇਪੀ ਸਰਕਾਰ ਨੂੰ ਰਾਸ਼ਟਰਪਤੀ ਸ਼ਾਸਨ ਲਗਾ ਦੇਣਾ ਚਾਹੀਦਾ ਸੀਗਾ, ਕਿਉਂਕਿ ਦੋਵੇਂ ਸ਼ਾਸਨ ਅਤੇ ਪ੍ਰਸ਼ਾਸਨ ਦੋਵੇਂ ਫੇਲ ਹੋ ਚੁੱਕੇ ਆ, ਕਿਉਂਕਿ ਮਨੀਪੁਰ ਦੇ ਵਿੱਚ ਜਿਹੜੇ ਇੱਕ ਜਾਂ ਦੋ ਸਮੁਦਾਏ ਆ, ਇੱਕ ਮਾਈਕੀ ਇੱਕ ਕੁਕਰੀ, ਔਰ ਜਿਸ ਦੇ ਵਿੱਚ ਕੁਕਰੀ ਦੇ ਵਿੱਚ ਜਿਹੜੇ SC OBC ਔਰ ਜਿਹੜੇ ਦਲਿਤ ਸਮਾਜ ਦੇ ਕ੍ਰਿਸ਼ਚਨ ਸਮਾਜ ਜਿਹੜਾ ਆਉਂਦਾ ਔਰ ਉਸ ਦੇ ਉੱਤੇ ਹਾਵੀ ਹੋਣ ਦੇ ਲਈ ਜਿਹੜਾ ਉੱਪਰ ਕਾਸਟ ਆ ਜਿਹੜਾ ਮਾਈਕੀ ਆ ਉਹ ਜਿਹੜਾ ਹਾਵੀ ਹੋ ਰਿਹਾ, ਔਰ ਮੈਂ ਬੀਜੇਪੀ
ਬੀਜੇਪੀ ਸਰਕਾਰ ਨੂੰ, ਖਾਸ ਕਰ ਜਿਹੜੇ ਪ੍ਰਧਾਨ ਮੰਤਰੀ ਆ ਭਾਰਤ ਦੇ ਨਰਿੰਦਰ ਮੋਦੀ ਜੀ ਨੂੰ, ਇਹ ਅਪੀਲ ਕਰਦਾ ਕਿ ਜੇਕਰ ਤੁਹਾਡੇ ਕੋਲ ਭਾਰਤ ਦੇ ਵਿੱਚ ਸ਼ਾਂਤੀ ਕਾਇਮ ਨਹੀਂ ਹੋ ਸਕਦੀ ਤਾਂ ਤੁਸੀਂ ਨਾਜ਼ੁਕਤਾ ਦੇ ਆਧਾਰ ਦੇ ਉੱਤੇ ਜਿਹੜਾ ਅਸਤੀਫਾ ਦੇ ਦਿਓ, ਔਰ ਜਿਹੜੇ ਸਾਡੇ ਰਾਸ਼ਟਰਪਤੀ ਜੀ ਆ ਉਹਨਾਂ ਨੂੰ ਜਲਦ ਤੋਂ ਜਲਦ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਸ ਨੂੰ ਸਖਤੀ ਦੇ ਨਾਲ ਲਾਗੂ ਕਰਦੇ ਹੋਏ ਉੱਥੇ ਜਿਹੜਾ ਰਾਸ਼ਟਰਪਤੀ ਸ਼ਾਸਨ ਲਗਾ ਦੇਣਾ ਚਾਹੀਦਾ, ਕਿਉਂਕਿ ਜਿਹੜੇ ਬੇਗੁਨਾਹ ਉੱਥੇ ਨੌਜਵਾਨ ਆ ਜਿਹੜੇ ਆਪ ਖੁਦ ਹਥਿਆਰ ਚੱਕ ਕੇ ਆਪਣੇ ਪਿੰਡਾਂ ਦਾ, ਆਪਣੇ ਗਾਵਾਂ ਦਾ, ਆਪਣੇ ਖੇਤਰਾਂ ਦਾ ਖੁਦ ਜਿਹੜਾ ਇਲਾਕਾ ਲਵਾ ਕੇ ਆਪਣੀ ਸੁਰੱਖਿਆ ਕਰਨ ਲਈ ਮਜਬੂਰ ਹੋ ਗਏ ਆ, ਔਰ ਜੇਕਰ ਜੇ ਅੱਜ ਨੌਜਵਾਨ ਜਿਹੜਾ ਹਥਿਆਰ ਚੱਕ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰਤ ਦੇ ਖਿਲਾਫ਼ ਵੀ ਚੱਲ ਸਕਦੇ ਆ। ਇਸ ਲਈ ਮੈਂ ਬੇਨਤੀ ਕਰਦਾ ਕਿ ਰਾਸ਼ਟਰਪਤੀ ਮਹੋਦਯ ਜੀ ਨੂੰ ਕਿ ਤੁਸੀਂ ਜਲਦ ਤੋਂ ਜਲਦ ਰਾਸ਼ਟਰਪਤੀ ਸ਼ਾਸਨ ਲਗਾ ਕੇ ਮਨੀਪੁਰ ਦੇ ਵਿੱਚ ਬੀਜੇਪੀ ਸਰਕਾਰ ਔਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਪਾਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਪਾਤ, ਜੈ ਗੁਰੂਦੇਵ, ਧੰਨ ਗੁਰੂਦੇਵ, ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਪਾਤ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਜੇਪੀ ਸਰਕਾਰ ਨੇ ਹਮੇਸ਼ਾ ਹੀ ਧਰਮ ਦੀ ਗੱਲ ਕੀਤੀ ਹੈ, ਪਰ ਅਸੀਂ ਜੇ ਧਰਮ ਵੱਲ ਦੇਖੀਏ, ਚਾਹੇ ਅਸੀਂ ਗੀਤਾ ਲੈ ਲਈਏ, ਚਾਹੇ ਕੁਰਾਨ ਅਤੇ ਚਾਹੇ ਗੁਰੂ ਗ੍ਰੰਥ ਸਾਹਿਬ ਅਤੇ ਚਾਹੇ ਬਾਈਬਲ, ਇਹਨਾਂ ਸਾਰਿਆਂ ਦੇ ਵਿੱਚ ਗੁਰੂ ਪੀਰਾਂ ਨੇ ਸਿਰਫ ਇੱਕ ਹੀ ਸੰਦੇਸ਼ ਦਿੱਤਾ ਵਾ ਕਿ ਜਿਹੜਾ ਔਰਤ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਹੈ। ਪਰ ਬੀਜੇਪੀ ਸਰਕਾਰ ਜਿਹੜੀ ਅਕਸਰ ਨਾਰਾ ਲਾਉਂਦੀ ਹੈ ਕਿ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ, ਇਹ ਉਹਨਾਂ ਦਾ ਜਿਹੜਾ ਨਾਰਾ ਵਾ ਉਹ ਹੁਣ ਬਿਲਕੁਲ ਫੇਲ ਹੁੰਦਾ ਦਿਖਾਈ ਦੇ ਰਿਹਾ ਵਾ, ਅਤੇ ਉਹਨਾਂ ਦਾ ਜਿਹੜਾ ਨਕਾਬ ਚਾੜ ਰਿਹਾ ਸੀ ਮੋਦੀ ਸਰਕਾਰ ਦਾ, ਉਹ ਲੱਥਦਾ ਹੁਣ ਜਨਤਾ ਦੇ ਅੱਗੇ ਨਜ਼ਰ ਆ ਰਿਹਾ ਵਾ, ਕਿਉਂਕਿ ਬੀਜੇਪੀ ਸਰਕਾਰ ਦੀ ਜਿਨ੍ਹਾਂ ਵੀ ਰਾਜਾਂ ਦੇ ਵਿੱਚ ਸਰਕਾਰ ਆ ਉੱਥੇ ਦਲਿਤ ਵਰਗ 'ਤੇ ਔਰ ਬਹੁ ਬੇਟੀਆਂ ਭੈਣਾਂ 'ਤੇ ਅਤਿਆਚਾਰ ਸਰੇਆਮ ਹੋ ਰਹੇ ਨੇ। ਇਹ ਜਿਹੀ ਜਿਹੜੀ ਇੱਕ ਘਟਨਾ ਵਾ ਮਣੀਪੁਰ ਵਿੱਚ ਹੋਈ ਆ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਮੀਡੀਆ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹਾਂ ਕਿ ਮਣੀਪੁਰ ਜਿਹੜਾ ਵਾ ਕੋਈ ਅਲੱਗ ਦੇਸ਼ ਨਹੀਂ ਆ, ਉਹ ਭਾਰਤ ਦਾ ਹੀ ਇੱਕ ਸਟੇਟ ਹੈ, ਭਾਰਤ ਦਾ ਹੀ ਹਿੱਸਾ ਹੈ, ਅਤੇ ਲਾਜ਼ਮੀ ਇਹ ਗੱਲ ਹੈ ਕਿ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਲਿਖਿਆ ਸੰਵਿਧਾਨ ਆ ਉਹ ਪੂਰੇ ਭਾਰਤ ਦੇ ਵਿੱਚ ਲਾਗੂ ਆ, ਮਣੀਪੁਰ ਕੋਈ ਉਸ ਤੋਂ ਅਲੱਗ ਨਹੀਂ ਹੈਗਾ ਵਾ। ਚਾਹੇ ਜਿੱਦਾਂ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਇੱਕ ਕਾਨੂੰਨ ਵਿੱਚ ਇਹ ਗੱਲ ਲਿਖੀ ਹੈ, ਚਾਹੇ ਕੋਈ ਅਪਰਾਧੀ ਛੋਟਾ ਅਤੇ ਚਾਹੇ ਕੋਈ ਵੱਡਾ, ਚਾਹੇ ਕੋਈ ਲੀਡਰ ਅਤੇ ਚਾਹੇ ਕੋਈ ਆਮ ਇਨਸਾਨ, ਉਸ ਨੂੰ ਅਪਰਾਧ ਦੀ ਸਜ਼ਾ ਦੇਣ ਲਈ ਕੋਰਟ ਕਚਹਿਰੀ ਨਿਆਂਧੀਸ਼ ਬਣੇ ਪਏ ਨੇ। ਪਰ ਬੜੀ ਸ਼ਰਮ ਦੀ ਗੱਲ ਹੈ ਕਿ ਬੀਜੇਪੀ ਸਰਕਾਰ ਦੇ ਗੁੰਡੇ ਹੁਣ ਆਪ ਹੀ ਜੱਜ ਬਣੇ ਪਏ ਨੇ ਅਤੇ ਆਪ ਹੀ ਵਕੀਲ ਬਣੇ ਪਏ ਨੇ ਅਤੇ ਆਪ ਹੀ ਪੁਲਿਸ ਬਣੀ ਪਈ ਆ। ਕਹਿਣ ਦਾ ਭਾਵ ਹੈ ਕਿ ਮਣੀਪੁਰ ਦੇ ਵਿੱਚ ਬਿਲਕੁਲ ਪ੍ਰਸ਼ਾਸਨ ਅਤੇ ਸ਼ਾਸਨ ਦਾ ਜਿਹੜਾ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਵਾ, ਉੱਥੇ ਦੇ ਜਿਹੜੇ ਬੀਜੇਪੀ ਦੇ ਲੋਕਲ ਲੈਵਲ ਦੇ ਗੁੰਡੇ ਨੇ ਉਹ ਸਾਡੀ ਬਹੁ ਬੇਟੀਆਂ ਨੂੰ ਉੱਥੋਂ ਬਿਨਾਂ ਕੱਪੜਿਆਂ ਤੋਂ, ਬਿਨਾਂ ਵਸਤਰਾਂ ਤੋਂ ਘੁਮਾ ਰਹੇ ਨੇ। ਹਾਲਾਤ ਇਹੋ ਜਿਹੇ ਪੈਦਾ ਹੋ ਚੁੱਕੇ ਨੇ ਕਿ ਨੌਜਵਾਨਾਂ ਨੇ ਹੱਥਾਂ ਦੇ ਵਿੱਚੋਂ ਕਾਪੀਆਂ ਕਿਤਾਬਾਂ ਛੱਡ ਕੇ ਹਥਿਆਰ ਚੱਕ ਲਏ ਨੇ। ਇਸ ਦੀ ਜ਼ਿੰਮੇਵਾਰੀ ਸਿੱਧੀ ਬੀਜੇਪੀ ਸਰਕਾਰ ਦੀ ਹੈ, ਕਿਉਂਕਿ ਉਹ ਨੌਜਵਾਨਾਂ ਦਾ ਕਹਿਣਾ ਵਾ ਕਿ ਹੁਣ ਸਾਨੂੰ ਲੱਗਦਾ ਆਪਣੇ ਸਮਾਜ ਦੀ ਔਰ ਆਪਣੇ ਪਿੰਡ ਦੀ ਔਰ ਆਪਣੇ ਬਹੁ ਬੇਟੀਆਂ ਦੀ ਰੱਖਿਆ ਆਪ ਕਰਨੀ ਪਏਗੀ। ਬੀਜੇਪੀ ਸਰਕਾਰ ਜਿਹੜੀ ਬਿਲਕੁਲ ਫੇਲ ਹੋ ਚੁੱਕੀ ਹੈ, ਬੀਜੇਪੀ ਸਰਕਾਰ ਦੇ ਮੰਤਰੀ ਨੂੰ ਨੈਤਿਕਾ ਦੇ ਆਧਾਰ 'ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਦਾ ਉੱਥੇ ਦਾ ਕਹਿਣਾ ਹੈ ਕਿ ਇੱਦਾਂ ਦੀਆਂ ਘਟਨਾ ਬਹੁਤ ਹੁੰਦੀਆਂ ਨੇ, ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਮੁੱਖ ਮੰਤਰੀ ਦੀ ਸੋਚ ਕਿੰਨੀ ਘਟੀਆ ਸੋਚ ਹੈ ਕਿ ਜਿਹੜਾ ਇਸ ਕਹਿੰਦਾ ਇੱਦਾਂ ਦੀਆਂ ਘਟਨਾ ਜਿਹੜੀਆਂ ਆਮ ਹੁੰਦੀਆਂ ਰਹਿੰਦੀਆਂ ਨੇ ਉਸ ਨੂੰ ਸ਼ਰਮ ਹੋਣੀ ਚਾਹੀਦੀ ਹੈ। ਬੀਜੇਪੀ ਸਰਕਾਰ ਨੂੰ ਤੁਰੰਤ ਉੱਥੋਂ ਬਰਖਾਸਤ ਕਰਨਾ ਚਾਹੀਦਾ। ਧੰਨਵਾਦ।